ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਯਮ ਤੜਕਾ ਪੰਜਾਬੀ ਕੁਕਿੰਗ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਮਾਲਪੂਏ ਆਪਾਂ ਪੰਜਾਬ ਦੇ ਲੋਕ ਇਹਨਾਂ ਨੂੰ ਮਾਲਪੂੜੇ ਵੀ ਕਹਿੰਦੇ ਹਾਂ ਅਤੇ ਨਾਲ ਬਣਾਵਾਂਗੇ ਆਪਾਂ ਰਬੜੀ ਰਬੜੀ ਦਾ ਕੰਬੀਨੇਸ਼ਨ ਮਾਲਪੂਏ ਨਾਲ ਬਹੁਤ ਹੀ ਵਧੀਆ ਲੱਗਦਾ ਹੈ ਅਤੇ ਤੁਸੀਂ ਮਾਲਪੂਏ ਖੀਰ ਨਾਲ ਵੀ ਖਾ ਸਕਦੇ ਹੋ ਅਤੇ ਤੁਸੀਂ ਇਹਨਾਂ ਨੂੰ ਇਕੱਲੇ ਇਸ ਤਰ੍ਹਾਂ ਵੀ ਖਾ ਸਕਦੇ ਹੋ ਇਸ ਤਰ੍ਹਾਂ ਵੀ ਇਹ ਬਹੁਤ ਟੇਸਟੀ ਲੱਗਦੇ ਹਨ ਜੇ ਹਾਲੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਯਮ ਤੜਕਾ ਪੰਜਾਬੀ ਕੁਕਿੰਗ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ ਅਤੇ ਆਓ ਰੈਸਪੀ ਬਣਾਉਣਾ ਸ਼ੁਰੂ ਕਰਦੇ ਹਾਂ ਅਤੇ ਸਭ ਤੋਂ ਪਹਿਲਾਂ ਬਣਾਵਾਂਗੇ ਆਪਾਂ ਰਬੜੀ ਰਬੜੀ ਵਾਸਤੇ ਮੈਂ 1 ਲੀਟਰ ਜਿਹੜਾ ਦੁੱਧ ਹੈ ਉਹ ਪੈਨ ਦੇ ਵਿੱਚ ਪਾਇਆ ਹੈ ਅਤੇ ਹੁਣ ਆਪਾਂ ਦੁੱਧ ਨੂੰ ਕੜਛੀ ਨਾਲ ਚਲਾਵਾਂਗੇ ਅਤੇ ਹੁਣ ਦੁੱਧ ਵਿੱਚ ਪਾਵਾਂਗੇ ਆਪਾਂ 1 ਕੱਪ ਮਿਲਕ ਪਾਊਡਰ ਇਹ ਸੁੱਕਾ ਦੁੱਧ ਲਿਆ ਵਾ ਮੈਂ ਅਤੇ ਆਪਾਂ ਇਹਨੂੰ ਥੋੜ੍ਹਾ ਥੋੜ੍ਹਾ ਕਰਕੇ ਦੁੱਧ ਵਿੱਚ ਪਾਉਂਦੇ ਜਾਵਾਂਗੇ ਅਤੇ ਮਿਕਸ ਕਰਦੇ ਜਾਵਾਂਗੇ ਦੁੱਧ ਦੇ ਵਿੱਚ ਆਪਾਂ 1 ਕੱਪ ਜਿਹੜਾ ਮਿਲਕ ਪਾਊਡਰ ਦਾ ਪਾਇਆ ਹੈ ਅਤੇ ਆਪਾਂ ਇਹਨੂੰ ਗਾੜਾ ਹੋਣ ਤੱਕ ਪਕਾਵਾਂਗੇ ਅਤੇ ਦੁੱਧ ਵਿੱਚ ਲਗਾਤਾਰ ਆਪਾਂ ਕੜਛੀ ਇਸ ਤਰ੍ਹਾਂ ਲਗਾਉਂਦੇ ਰਵਾਂਗੇ ਅਤੇ ਹੁਣ ਦੁੱਧ ਜਿਹੜਾ ਹੈ ਉਹ ਗਾੜਾ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਕੁਆਂਟਿਟੀ ਵਿੱਚ ਥੋੜ੍ਹਾ ਘੱਟ ਗਿਆ ਹੈ ਹੁਣ ਆਪਾਂ ਇਹਦੇ ਵਿੱਚ ਇਲਾਚੀ ਦਾ ਪਾਊਡਰ ਪਾਵਾਂਗੇ ਚਮਚੇ ਦਾ ਚੌਥਾ ਹਿੱਸਾ ਅਤੇ ਨਾਲ ਹੀ ਪਾਵਾਂਗੇ ਆਪਾਂ 1 ਚਮਚ ਚੀਨੀ ਚੀਨੀ ਬਹੁਤ ਹੀ ਘੱਟ ਪਾਉਣੀ ਹੈ ਕਿਉਂਕਿ ਜਿਹੜਾ ਆਪਣਾ ਮਿਲਕ ਪਾਊਡਰ ਹੈ ਉਹ ਵੀ ਮਿੱਠਾ ਹੁੰਦਾ ਹੈ ਅਤੇ ਚੀਨੀ ਆਪਾਂ ਹਿਸਾਬ ਨਾਲ ਹੀ ਪਾਵਾਂਗੇ ਚੰਗੀ ਤਰ੍ਹਾਂ ਨਾਲ ਮਿਕਸ ਕਰਾਂਗੇ ਪੈਨ ਦੀਆਂ ਸਾਈਡ ਉੱਪਰ ਜਿਹੜਾ ਦੁੱਧ ਲੱਗਿਆ ਹੈ ਸੁੱਕ ਗਿਆ ਹੈ ਉਹ ਆਪਾਂ ਸਕ੍ਰੈਪ ਕਰ ਲਵਾਂਗੇ ਇਸ ਤਰ੍ਹਾਂ ਉਤਾਰਦੇ ਰਵਾਂਗੇ ਨਾਲ ਨਾਲ ਅਤੇ ਉਤਾਰ ਕੇ ਆਪਾਂ ਜਿਹੜੀ ਮਲਾਈ ਹੈ ਉਹ ਅੰਦਰ ਕਰਦੇ ਰਵਾਂਗੇ ਅਤੇ ਹੁਣ ਦੇਖੋ ਦੁੱਧ ਕਾਫ਼ੀ ਗਾੜਾ ਹੋ ਗਿਆ ਹੈ ਅਤੇ ਬਿਲਕੁਲ ਪਰਫੈਕਟ ਹੈ ਤਾਂ ਹੁਣ ਆਪਾਂ ਇਹਨੂੰ ਜ਼ਿਆਦਾ ਨਹੀਂ ਪਕਾਵਾਂਗੇ ਕਿਉਂਕਿ ਠੰਡਾ ਹੋਣ ਤੋਂ ਬਾਅਦ ਇਹ ਥੋੜ੍ਹਾ ਹੋਰ ਗਾੜਾ ਹੋ ਜਾਏਗਾ ਤਾਂ ਹੁਣ ਆਪਾਂ ਗੈਸ ਦੀ ਫਲੇਮ ਬੰਦ ਕਰਕੇ ਇਹਨੂੰ ਠੰਡਾ ਹੋਣ ਵਾਸਤੇ ਸਾਈਡ 'ਤੇ ਰੱਖ ਦੇਵਾਂਗੇ ਅਤੇ ਵਿੱਚ ਵਿੱਚ ਆਪਾਂ ਹਾਲੇ ਇਹਨੂੰ ਚਲਾਉਂਦੇ ਰਵਾਂਗੇ ਅਤੇ ਠੰਡਾ ਹੋਣ ਤੋਂ ਬਾਅਦ ਦੇਖੋ ਸਾਡੀ ਰਬੜੀ ਬਿਲਕੁਲ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਰਬੜੀ ਬਣੀ ਹੈ ਬਿਲਕੁਲ ਹਲਵਾਈ ਸਟਾਈਲ ਅਤੇ ਹੁਣ ਆਪਾਂ ਚਾਸ਼ਨੀ ਤਿਆਰ ਕਰਾਂਗੇ ਚਾਸ਼ਨੀ ਵਾਸਤੇ ਮੈਂ 1 ਕੱਪ ਚੀਨੀ ਦਾ ਲਿਆ ਹੈ 300 ਗ੍ਰਾਮ ਦੇ ਕਰੀਬ ਇਹ ਚੀਨੀ ਹੈ ਅਤੇ ਇਹਦੇ ਵਿੱਚ ਪਾਵਾਂਗੇ 1 ਕੱਪ ਪਾਣੀ ਸੇਮ ਕੱਪ ਨਾਲ ਆਪਾਂ ਪਾਣੀ ਪਾਵਾਂਗੇ ਅਤੇ ਹੁਣ ਗੈਸ ਦੀ ਫਲੇਮ ਆਪਾਂ ਔਨ ਕੀਤੀ ਹੋਈ ਹੈ ਤਾਂ ਹੁਣ ਆਪਾਂ ਇਹਨੂੰ 1 ਵਾਰ ਹਿਲਾ ਕੇ ਅਤੇ ਹੁਣ ਇਹਨੂੰ ਕੁੱਕ ਹੋਣ ਦੇਵਾਂਗੇ ਜਦੋਂ ਤੱਕ ਕਿ ਚੀਨੀ ਗਾੜੀ ਨਹੀਂ ਹੋ ਜਾਂਦੀ ਯਾਨੀ ਕਿ ਚਾਸ਼ਨੀ ਗਾੜੀ ਨਹੀਂ ਹੋ ਜਾਂਦੀ ਤੁਸੀਂ ਦੇਖ ਸਕਦੇ ਹੋ ਕਿ ਹੁਣ ਚਾਸ਼ਨੀ ਵੀ ਗਾੜੀ ਹੋਣੀ ਸ਼ੁਰੂ ਹੋ ਗਈ ਹੈ ਹੁਣ ਆਪਾਂ ਚੈੱਕ ਕਰਦੇ ਹਾਂ ਚਾਸ਼ਨੀ ਆਪਾਂ ਨੂੰ 1 ਤਾਰ ਦੀ ਚਾਹੀਦੀ ਹੈ ਯਾਨੀ ਕਿ ਆਪਣੀ ਜਿਹੜੀ ਫਿੰਗਰਸ ਹੈ ਉਹ ਆਪਸ ਇਸ ਤਰ੍ਹਾਂ ਜੁੜਨੀਆਂ ਚਾਹੀਦੀਆਂ ਹਨ ਬਹੁਤ ਜ਼ਿਆਦਾ ਥਿੱਕ ਨਹੀਂ ਅਤੇ ਬਹੁਤ ਜ਼ਿਆਦਾ ਪਤਲੀ ਨਹੀਂ ਰੱਖਣੀ ਆਪਾਂ ਅਤੇ ਹੁਣ ਆਪਾਂ ਗੈਸ ਦੀ ਫਲੇਮ ਬੰਦ ਕਰ ਦੇਵਾਂਗੇ ਅਤੇ ਮਾਲਪੂੜਿਆਂ ਵਾਸਤੇ ਹੁਣ ਆਪਾਂ ਬੈਟਰ ਤਿਆਰ ਕਰਾਂਗੇ ਤਾਂ ਹੁਣ ਮੈਂ ਇੱਥੇ ਲਿਆ ਹੈ ਆਟਾ 1 ਕੱਪ ਤੋਂ ਥੋੜ੍ਹਾ ਜਿਹਾ ਘੱਟ ਹੈ ਆਟਾ ਅਤੇ ਤੁਸੀਂ ਇੱਥੇ ਮੈਦਾ ਵੀ ਲੈ ਸਕਦੇ ਹੋ ਪਰ ਮੈਂ ਆਟਾ ਯੂਜ਼ ਕਰ ਰਹੀ ਹਾਂ ਅਤੇ ਨਾਲ ਆਪਾਂ ਲਵਾਂਗੇ ਸੂਜੀ ਕੱਪ ਦਾ ਚੌਥਾ ਹਿੱਸਾ ਆਪਾਂ ਸੂਜੀ ਲਈ ਹੈ ਟੋਟਲ 1 ਕੱਪ ਹੈ ਇਹ ਸੂਜੀ ਨੂੰ ਮਿਲਾ ਕੇ ਅਤੇ ਹੁਣ ਆਪਾਂ ਇਹ ਇੱਥੇ ਬਾਊਲ ਵਿੱਚ ਪਾ ਦੇਵਾਂਗੇ ਅਤੇ ਹੁਣ ਸੂਜੀ ਵੀ ਆਪਾਂ ਬਾਊਲ ਵਿੱਚ ਪਾ ਦੇਵਾਂਗੇ 1/2 ਚਮਚ ਪਾਵਾਂਗੇ ਪੀਸੀ ਹੋਈ ਸੌਂਫ ਇਹ ਤੁਸੀਂ ਜ਼ਰੂਰ ਪਾਇਓ ਟੇਸਟ ਬਹੁਤ ਹੀ ਵਧੀਆ ਆਉਂਦਾ ਹੈ ਇਲਾਚੀ ਪਾਊਡਰ ਪਾਵਾਂਗੇ ਆਪਾਂ ਚਮਚੇ ਦਾ ਚੌਥਾ ਹਿੱਸਾ ਅਤੇ ਨਾਲ ਹੀ ਪਾਵਾਂਗੇ ਆਪਾਂ 1 ਚਮਚ ਸ਼ੂਗਰ ਯਾਨੀ ਕਿ ਚੀਨੀ ਅਤੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ
ਅਤੇ ਹੁਣ ਇੱਥੇ ਲਿਆ ਹੈ ਇੱਕ ਕੱਪ ਦੁੱਧ। ਅਤੇ ਇਹ ਜਿਹੜਾ ਦੁੱਧ ਹੈ ਇਹ ਬਿਲਕੁਲ ਰੂਮ ਟੈਂਪਰੇਚਰ 'ਤੇ ਆਪਾਂ ਲੈਣਾ ਹੈ, ਨਾ ਬਹੁਤਾ ਠੰਡਾ ਅਤੇ ਨਾ ਬਹੁਤਾ ਗਰਮ ਲਵਾਂਗੇ। ਹੁਣ ਆਪਾਂ ਥੋੜ੍ਹਾ ਥੋੜ੍ਹਾ ਕਰਕੇ ਇਸ ਆਟੇ ਵਿੱਚ ਪਾਵਾਂਗੇ ਅਤੇ ਆਪਾਂ ਬੈਟਰ ਤਿਆਰ ਕਰਾਂਗੇ। ਚੰਗੀ ਤਰ੍ਹਾਂ ਮਿਲਾਉਂਦੇ ਰਵਾਂਗੇ, ਮਿਕਸ ਕਰਨਾ ਬਹੁਤ ਜ਼ਰੂਰੀ ਹੈ। ਇਹਦੇ ਵਿੱਚ ਆਟੇ ਦੀ ਕੋਈ ਵੀ ਗੰਢ ਨਹੀਂ ਹੋਣੀ ਚਾਹੀਦੀ। ਅਤੇ ਬਾਕੀ ਦਾ ਬਚਿਆ ਹੋਇਆ ਦੁੱਧ ਵੀ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਾਂਗੇ। ਅਤੇ 2 ਚਮਚ ਆਪਾਂ ਫਰੈਸ਼ ਮਲਾਈ ਪਾਵਾਂਗੇ। ਇਹ ਤਾਜ਼ੀ ਮਲਾਈ ਲਈ ਹੈ ਮੈਂ ਦੁੱਧ ਤੋਂ ਉਤਾਰ ਕੇ। ਅਤੇ ਚੰਗੀ ਤਰ੍ਹਾਂ ਨਾਲ ਮਿਕਸ ਕਰਾਂਗੇ। ਅਤੇ ਲਗਾਤਾਰ ਆਪਾਂ 5 ਮਿੰਟ ਇਹਨੂੰ ਮਿਕਸ ਕਰਦੇ ਰਵਾਂਗੇ ਤਾਂ ਕਿ ਜਿਹੜਾ ਸਾਡਾ ਬੈਟਰ ਹੈ ਉਹ ਬਹੁਤ ਹੀ ਸਮੂਥ ਹੋ ਜਾਵੇ। ਸਾਡਾ ਬੈਟਰ ਬਿਲਕੁਲ ਤਿਆਰ, ਤੁਸੀਂ ਦੇਖ ਸਕਦੇ ਹੋ ਸਾਨੂੰ ਬਿਲਕੁਲ ਇਸੇ ਤਰ੍ਹਾਂ ਦਾ ਹੀ ਬੈਟਰ ਚਾਹੀਦਾ ਹੈ। ਅਤੇ ਹੁਣ ਆਪਾਂ ਇਹਨੂੰ ਢੱਕ ਕੇ ਰੱਖ ਦੇਵਾਂਗੇ 10 ਮਿੰਟ ਵਾਸਤੇ। ਅਤੇ ਹੁਣ 10 ਮਿੰਟ ਹੋ ਗਏ ਹਨ, ਆਪਾਂ ਇੱਕ ਵਾਰੀ ਬੈਟਰ ਦੇਖ ਲੈਂਦੇ ਹਾਂ। ਜੇ ਤੁਹਾਨੂੰ ਬੈਟਰ ਥੋੜ੍ਹਾ ਗਾੜਾ ਲੱਗੇ ਤੁਸੀਂ ਇਹਦੇ ਵਿੱਚ ਥੋੜ੍ਹਾ ਜਿਹਾ ਦੁੱਧ ਹੋਰ ਪਾ ਸਕਦੇ ਹੋ। ਅਤੇ ਜਿਹੜਾ ਬੈਟਰ ਹੈ ਉਹ ਬਿਲਕੁਲ ਇਸੇ ਤਰ੍ਹਾਂ ਟੁੱਟਣਾ ਨਹੀਂ ਚਾਹੀਦਾ, ਬਿਲਕੁਲ ਸਿੱਧਾ ਇਸੇ ਤਰ੍ਹਾਂ ਗਿਰਨਾ ਚਾਹੀਦਾ ਹੈ। ਅਤੇ ਪਰਫੈਕਟ ਕੰਸਿਸਟੈਂਸੀ ਸਾਨੂੰ ਇਸੇ ਤਰ੍ਹਾਂ ਦੀ ਹੀ ਚਾਹੀਦੀ ਹੈ ਇਹਦੀ। ਅਤੇ ਹੁਣ ਗੈਸ ਦੇ ਉੱਪਰ ਮੈਂ ਕੜਾਹੀ ਰੱਖੀ ਹੈ, ਕੜਾਹੀ ਸਾਨੂੰ ਸੇਮ ਇਸੇ ਤਰ੍ਹਾਂ ਦੀ ਹੀ ਚਾਹੀਦੀ ਹੈ। ਚੌੜੇ ਤਲੇ ਵਾਲੀ ਸਾਨੂੰ ਕੜਾਹੀ ਚਾਹੀਦੀ ਹੈ, ਸਾਨੂੰ ਬਿਲਕੁਲ ਡੀਪ ਕੜਾਹੀ ਨਹੀਂ ਚਾਹੀਦੀ। ਅਤੇ ਹੁਣ ਆਪਾਂ ਕੜਾਹੀ ਵਿੱਚ ਪਾਵਾਂਗੇ ਦੇਸੀ ਘਿਓ। ਅਤੇ ਘਿਓ ਆਪਾਂ ਇੰਨਾ ਪਾਉਣਾ ਹੈ ਕਿ ਕੜਾਹੀ ਦੇ ਤਲੇ ਤੋਂ ਘਿਓ ਜਿਹੜਾ 1 ਇੰਚ ਉੱਪਰ ਹੋਵੇ, ਬਹੁਤ ਜ਼ਿਆਦਾ ਤਾਂ ਬਹੁਤ ਘੱਟ ਵੀ ਘਿਓ ਨਹੀਂ ਹੋਣਾ ਚਾਹੀਦਾ। ਅਤੇ ਹੁਣ ਘਿਓ ਗਰਮ ਹੋ ਗਿਆ ਹੈ ਤਾਂ ਆਪਾਂ ਬੈਟਰ ਚੈੱਕ ਕਰਦੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਫੁਲਕੇ ਉੱਪਰ ਆ ਗਿਆ ਹੈ। ਅਤੇ ਹੁਣ ਆਪਾਂ ਛੋਟੀ ਕੜਛੀ ਦੀ ਮਦਦ ਨਾਲ 1 ਕੜਛੀ ਭਰ ਕੇ ਇਹਦੇ ਵਿੱਚ ਬੈਟਰ ਪਾਵਾਂਗੇ। ਅਤੇ ਪਹਿਲਾਂ ਆਪਾਂ 2 ਪੂੜੇ ਬਣਾ ਕੇ ਦੇਖਦੇ ਹਾਂ ਕਿ ਕਿਸ ਤਰ੍ਹਾਂ ਬਣਦੇ ਆ। ਤੁਸੀਂ ਦੇਖ ਸਕਦੇ ਹੋ ਕਿ ਹੁਣ ਇਹ ਹਲਕੇ ਹਲਕੇ ਤੇਲ ਤੋਂ ਉੱਪਰ ਆਉਣੇ ਸ਼ੁਰੂ ਹੋ ਗਏ ਹਨ। ਅਤੇ ਦੇਖੋ ਇਹ ਫੁੱਲ ਵੀ ਗਏ ਹਨ। ਅਤੇ ਕੜਛੀ ਨਾਲ ਥੋੜ੍ਹਾ ਥੋੜ੍ਹਾ ਘਿਓ ਆਪਾਂ ਉੱਪਰ ਪਾਵਾਂਗੇ। ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਤੜਕੇ ਉੱਪਰ ਆ ਗਏ ਹਨ ਅਤੇ ਕਿੰਨੇ ਵਧੀਆ ਫਲੱਫੀ ਬਣੇ ਹਨ। ਅਤੇ ਹੁਣ ਆਪਾਂ ਇਹਨਾਂ ਦੀ ਸਾਈਡ ਚੇਂਜ ਕਰ ਦੇਵਾਂਗੇ। ਅਤੇ 1 ਸਾਈਡ ਤੋਂ ਇਹਨਾਂ ਦਾ ਕਲਰ ਜਿਹੜਾ ਗੋਲਡਨ ਹੋ ਗਿਆ ਹੈ, ਤਾਂ ਦੂਸਰੀ ਸਾਈਡ ਵੀ ਆਪਾਂ ਇਸੇ ਤਰ੍ਹਾਂ ਇਹਨੂੰ ਫਰਾਈ ਕਰ ਲਵਾਂਗੇ। ਇਸੇ ਤਰ੍ਹਾਂ ਉਲਟ ਪੁਲਟ ਕਰਦੇ ਆਪਾਂ ਇਹਨਾਂ ਨੂੰ ਫਰਾਈ ਕਰ ਲਵਾਂਗੇ। ਅਤੇ ਹੁਣ ਕੜਾਹੀ ਵਿੱਚ ਜਗ੍ਹਾ ਹੈਗੀ ਹੈ ਤਾਂ ਮੈਂ 1 ਪੂੜਾ ਹੋਰ ਪਾਵਾਂਗੀ। ਅਤੇ ਜਿਹੜੇ ਪੂੜੇ ਆਪਾਂ ਪਹਿਲਾਂ ਪਾਏ ਸੀਗੇ ਉਹ ਬਹੁਤ ਹੀ ਵਧੀਆ ਗੋਲਡਨ ਕ੍ਰਿਸਪੀ ਹੋ ਗਏ ਆ। ਤਾਂ ਹੁਣ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਅਤੇ ਪਹਿਲਾਂ ਇਹਨਾਂ ਨੂੰ ਪ੍ਰੈਸ ਕਰਾਂਗੇ ਚੰਗੀ ਤਰ੍ਹਾਂ ਤਾਂ ਕਿ ਜਿਹੜਾ ਐਕਸਟਰਾ ਘਿਓ ਹੈਗਾ ਉਹ ਨਿਕਲ ਜਾਵੇ। ਅਤੇ ਹੁਣ ਆਪਾਂ ਪੂੜੇ ਚਾਸ਼ਨੀ ਵਿੱਚ ਪਾ ਦੇਵਾਂਗੇ। 2 ਮਿੰਟ ਤੋਂ ਵੱਧ ਨਹੀਂ ਰੱਖਣਾ ਆਪਾਂ ਚਾਸ਼ਨੀ ਵਿੱਚ ਇਹਨਾਂ ਨੂੰ। 2 ਮਿੰਟ ਜਦੋਂ ਹੋਣਗੇ ਨਾਲ ਹੀ ਕੱਢ ਲਵਾਂਗੇ, ਨਹੀਂ ਤਾਂ ਇਹ ਬਹੁਤ ਹੀ ਸੌਫਟ ਹੋ ਜਾਣਗੇ। ਅਤੇ ਹੁਣ ਆਪਾਂ ਬਾਕੀ ਦੇ ਪੂੜੇ ਵੀ ਇਸੇ ਤਰ੍ਹਾਂ ਫਰਾਈ ਕਰ ਲਵਾਂਗੇ।
ਹੁਣ ਇਹ ਵਾਲੇ ਪੂੜੇ ਵੀ ਬਹੁਤ ਹੀ ਵਧੀਆ ਗੋਲਡਨ ਬਰਾਊਨ ਹੋ ਗਏ ਆ ਤਾਂ ਹੁਣ ਆਪਾਂ ਇਹਨਾਂ ਨੂੰ ਕੱਢ ਕੇ ਚਾਸ਼ਨੀ ਵਿੱਚ ਪਾ ਦੇਵਾਂਗੇ। ਤੁਸੀਂ ਦੇਖ ਸਕਦੇ ਹੋ ਕਿ ਪੂੜੇ ਬਹੁਤ ਹੀ ਵਧੀਆ ਬਣੇ ਆ ਤਾਂ ਬਾਜ਼ਾਰ ਤੋਂ ਜ਼ਰਾ ਟੇਸਟੀ ਪੂੜੇ ਇਹ ਬਣੇ ਆ। ਤੁਸੀਂ ਇਹ ਪੂੜੇ ਘਰ ਜ਼ਰੂਰ ਟਰਾਈ ਕਰਨਾ ਅਤੇ ਮੈਨੂੰ ਦੱਸਣਾ ਕਿ ਤੁਹਾਡੇ ਮਾਲ ਪੂੜੇ ਕਿਸ ਤਰ੍ਹਾਂ ਬਣੇ। ਜੇ ਤੁਹਾਨੂੰ ਮੇਰੀ ਰੈਸਪੀਸ ਪਸੰਦ ਆਉਂਦੀ ਹੈ ਤਾਂ ਪਲੀਜ਼ ਮੇਰੇ ਚੈਨਲ ਯਮ ਤੜਕਾ ਪੰਜਾਬੀ ਕੁਕਿੰਗ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਦੇ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ। ਅਤੇ ਫਿਰ ਮਿਲਦੇ ਇੱਕ ਨਵੀਂ ਰੈਸਪੀ ਦੇ ਨਾਲ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।